ਅੱਜ ਸਾਡੇ ਦੇਸ਼ ਦੇ LOP ਲੀਡਰ ਸ਼੍ਰੀ ਰਾਹੁਲ ਗਾਂਧੀ ਜੀ, ਜੋ ਸਾਡੇ ਹਰਮਨ ਪਿਆਰੇ ਨੇਤਾ ਨੇ, ਉਹਨਾਂ ਦਾ ਸਾਡੇ ਰਵਨੀਤ ਬਿੱਟੂ ਜੋ ਕਿ ਕੇਂਦਰੀ ਮੰਤਰੀ ਨੇ ਲੁਧਿਆਣਾ ਤੋਂ, ਜਿਨ੍ਹਾਂ ਲੋਕਾਂ ਨੇ ਉਹਨੂੰ ਨਕਾਰ ਕੇ ਭੇਜਿਆ, ਉਹਨਾਂ ਨੂੰ BJP ਸਰਕਾਰ ਨੇ ਉਹਨਾਂ ਨੂੰ ਕੇਂਦਰੀ ਮੰਤਰੀ ਬਣਾਇਆ, ਉਹਨਾਂ ਨੇ ਕੱਲ੍ਹ ਇੱਕ ਟਿੱਪਣੀ ਕੀਤੀ ਸਾਡੇ ਰਾਹੁਲ ਗਾਂਧੀ ਸਾਡੇ ਲੀਡਰ ਬਾਰੇ ਕਿ ਉਹ ਇੱਕ ਅੱਤਵਾਦੀ ਨੇ, ਕਿਉਂਕਿ ਟੈਰਰਿਸਟ ਨੇ। ਬੜੀ ਮੰਦਭਾਗੀ ਗੱਲ ਹੈ, ਬੜੀ ਸ਼ਰਮਨਾਕ ਗੱਲ ਹੈ ਕਿ ਇਹੋ ਜਿਹੇ ਬੰਦਿਆਂ ਨੂੰ ਇਹੋ ਜਿਹੀ ਗੱਲਾਂ ਕਰਨੀ ਸ਼ੋਭਾ ਨਹੀਂ ਦਿੰਦੀਆਂ। ਅਤੇ ਨਾਲੇ ਇਹ ਉਸ ਪਰਿਵਾਰ ਦੇ ਰਾਹੁਲ ਗਾਂਧੀ ਜੀ ਨੇ, ਜਿਨ੍ਹਾਂ ਨੇ ਆਪਣੇ ਦੇਸ਼ ਬਚਾਉਣ ਪਿੱਛੇ ਆਪਣੀਆਂ ਸ਼ਹੀਦਾਂ ਦਿੱਤੀਆਂ ਉਹਨਾਂ ਨੇ, ਪਰਿਵਾਰਾਂ ਨੇ। ਅਤੇ ਇਹ ਉਹੀ ਰਾਹੁਲ ਗਾਂਧੀ ਹੈ ਜਿਹੜਾ ਰਵਨੀਤ ਬਿੱਟੂ ਕਹਿੰਦਾ ਸੀਗਾ ਕਿ ਮੈਨੂੰ ਰਾਹੁਲ ਗਾਂਧੀ ਜੀ ਨੂੰ ਬਹੁਤ ਕੁਛ ਸਿੱਖਣ ਨੂੰ ਦਿੱਤਾ ਉਹਨਾਂ ਨੇ, ਉਹਨਾਂ ਨੂੰ ਜਿਹੜੀ ਕਿ ਪੱਗ ਬੰਨਣ ਦੀ ਵੀ ਜਿਹੜੀ ਪ੍ਰੇਰਨਾ ਸੀਗੀ ਰਾਹੁਲ ਗਾਂਧੀ ਜੀ ਨੇ ਦਿੱਤੀ ਸੀਗੀ। ਇਹ ਉਹੀ ਰਾਹੁਲ ਗਾਂਧੀ ਜੀ ਨੇ, ਉਹੀ ਪਰਿਵਾਰ ਹੈ, ਉਹੀ ਕਾਂਗਰਸ ਪਾਰਟੀ ਹੈ ਜਿਨ੍ਹਾਂ ਨੇ ਇਹਨਾਂ ਨੂੰ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਬਣਾਇਆ। ਇਹ ਉਹੀ ਰਾਹੁਲ ਗਾਂਧੀ ਜੀ ਹੈ ਜਿਨ੍ਹਾਂ ਨੇ ਰਵਨੀਤ ਬਿੱਟੂ ਨੂੰ 3 ਵਾਰੀ ਮੈਂਬਰ ਆਫ ਪਾਰਲੀਮੈਂਟ ਬਣਾਇਆ। ਸਾਨੂੰ ਪਤਾ ਨਹੀਂ ਇਹਨਾਂ ਦੇ ਪਰਿਵਾਰ 'ਚੋਂ, ਸਾਡੇ ਮਰਹੂਮ ਬੇਅੰਤ ਸਿੰਘ ਜੀ ਸੀਗੇ ਜਿਹੜੇ, ਉਹਨਾਂ ਦੇ ਪਰਿਵਾਰ 'ਚੋਂ ਪਤਾ ਨਹੀਂ ਕੈਸਾ ਇਹ ਜਵਾਕ ਹੈ ਜਿਹੜਾ ਕਿ ਇੱਕ ਕੇਂਦਰੀ ਮੰਤਰੀ ਇਹਨਾਂ ਨੇ ਬਣਾਇਆ, ਕਿ ਇਹਦੀ ਬੁੱਧੀ ਨੂੰ ਸਮਝ ਨਹੀਂ ਲੱਗਦੀ ਕਿ ਇਹਦਾ ਦਿਮਾਗ ਕਿਵੇਂ ਦਾ ਹੈ, ਇਹ ਕੀ ਕਹਿਣਾ ਚਾਹੁੰਦਾ ਹੈ। ਇਹ ਤਾਂ ਸ਼ਰਿਆਂ ਮਿੱਥੋਂ ਇਹੀ ਪਤਾ ਲੱਗਦਾ ਕਿ BJP ਵਾਲਿਆਂ ਨੇ, ਜਿਵੇਂ ਤੁਸੀਂ ਦੇਖਿਆ ਹੀ ਹੈ ਕਿ 4-5 ਦਿਨ ਪਹਿਲਾਂ ਦਿੱਲੀ 'ਚ ਇੱਕ ਇਹਨਾਂ ਦੇ BJP ਲੀਡਰ ਨੇ ਕਿਵੇਂ ਇਹਨਾਂ ਦੇ ਪਰਿਵਾਰ ਬਾਰੇ, ਜਿਵੇਂ ਪਰਿਵਾਰ ਬਾਰੇ ਦੱਸਿਆ ਵੀ ਜਿਵੇਂ ਪਰਿਵਾਰ ਨੂੰ ਪਹਿਲਾਂ ਇਹਨਾਂ ਦਾ ਸ਼ਹੀਦੀਆਂ ਹੋਈਆਂ, ਇਵੇਂ ਹੀ ਰਾਹੁਲ ਗਾਂਧੀ ਜੀ ਬਾਰੇ ਅਸੀਂ ਇਹਨਾਂ ਦਾ ਵੀ ਕਤਲ ਹੋਏਗਾ। ਬੜੀ ਮੰਦਭਾਗੀ ਗੱਲ ਹੈ। ਇਹ ਇਹਨਾਂ ਦੀਆਂ ਇਹ ਗੱਲਾਂ ਸ਼ਰਿਆਂ ਮੇਂ ਦਰਸਾਉਂਦੀਆਂ ਨੇ ਕਿ ਇਹ ਰਾਹੁਲ ਗਾਂਧੀ ਜੀ ਇਹਨਾਂ ਬਾਰੇ ਕਹਿੰਦੇ ਕਿ BJP ਇਹਨਾਂ ਬਾਰੇ ਕਹਿ ਰਹੀ ਹੈ, ਜਿਹੜੇ ਕਿ ਕਦੀ ਇਹ ਸਾਡੇ ਕਿਸਾਨ ਭਰਾ ਜਿਹੜੇ ਕਿ ਉੱਤੇ ਬਹਿੰਦੇ ਨੇ ਬਾਰਡਰਾਂ ਤੇ ਜਾ ਕੇ ਬਹਿੰਦੇ, ਕਦੀ ਉਹਨਾਂ ਨੂੰ ਟੈਰਰਿਸਟ ਕਹਿੰਦੇ ਨੇ। ਇਹ ਸਾਰਾ ਇਹਨਾਂ ਦਾ ਸ਼ਰਯੰਤਰ ਹੈ। ਪਤਾ ਨਹੀਂ ਇਹਨਾਂ ਨੂੰ ਕੀ ਲਾਭ ਮਿਲਦਾ ਕਿ ਇਹ ਕੀ ਆਪਣੇ ਸਵਾਰਥ ਫਾਇਦੇ ਵਾਸਤੇ ਵੀ ਜਿਹੜੀ ਇਹੋ ਜਿਹੀਆਂ ਟਿੱਪਣੀਆਂ ਕਰਦੀਆਂ। ਬੜੀ ਮੰਦਭਾਗੀ ਗੱਲ ਹੈ। ਅਸੀਂ ਸਾਰੀ ਯੂਥ ਕਾਂਗਰਸ ਦੀ ਟੀਮ ਨੇ, ਸਾਡੇ ਮਿਊਂਸੀਪਲ ਕੌਂਸਲਰ, ਸਾਡੇ ਸੇਵਕ ਜੀ ਅਮਰਪ੍ਰੀਤ ਬੌਬੀ ਜੀ, ਖਹਿਰਾ ਸਾਹਿਬ, ਅਤੇ ਸਾਡੇ ਮਾਧਵ ਸਿੰਗਲਾ ਜੀ ਪ੍ਰਧਾਨ, ਅਭਿਨਵ ਸ਼ਰਮਾ ਜੀ, ਅਤੇ ਹੋਰ ਸਾਡੀ ਸਮੁੱਚੀ ਸਾਰੀ ਟੀਮ, ਪ੍ਰਵੀਨ, ਗੁਰਮੀਤ, ਸਾਰੇ ਜਿੰਨੇ ਵੀ ਸਾਡੀ ਟੀਮ ਨੂੰ ਅੱਜ ਅਸੀਂ ਇਹਦਾ ਪੁਤਲਾ ਫੂਕਿਆ, ਅਤੇ ਅਸੀਂ ਗੁਜ਼ਾਰਿਸ਼ ਕਰਦੇ ਹਾਂ ਸਰਕਾਰ ਨੂੰ ਕਿ ਇਹਨਾਂ ਨੂੰ ਮਾਫ਼ੀ ਮੰਗੇ ਜਨਤਕ ਤੌਰ 'ਤੇ, ਜਾਂ BJP ਇਹਦਾ ਸਪਸ਼ਟੀਕਰਨ ਦੇਵੇ ਵੀ ਇਹ ਗਲਤ ਹੈ ਜਾਂ ਸਹੀ ਬਿਆਨ ਹੈ। ਬਿਲਕੁਲ, ਤੁਸੀਂ ਇਹਦੇ 'ਚ ਕੋਈ ਲੁਕਣ ਛੁਪਣ ਵਾਲੀ ਕੋਈ ਗੱਲ ਨਹੀਂ ਹੈ। ਬੜੇ ਕਲੀਅਰ ਵੀਡੀਓ ਹੈ ਉਹਦੇ 'ਚ। ਉਹ ਆਮ ਇੱਕ ਪਬਲਿਕ ਦੀ ਪ੍ਰੈਸ ਕਾਨਫਰੰਸ ਜਿਹੜੀ ਉਹ ਕਰ ਰਹੇ ਸੀਗੇ, ਲੋਕਾਂ ਨਾਲ ਮਿਲ ਰਹੇ ਸੀ, ਕਰ ਰਹੇ ਸੀਗੇ ਇੱਕ ਮੀਟਿੰਗ 'ਚ, ਉਹਨਾਂ ਨੇ ਇੱਕ ਆਮ ਜਿਵੇਂ ਸਿੱਖ ਲੜਕੇ ਨੂੰ ਉਠਾਇਆ ਵੀ ਜੇ ਤੁਹਾਨੂੰ ਪੰਜਾਬ 'ਚ ਜਾ ਕੇ ਜਾਂ ਵੀ ਤੁਹਾਨੂੰ ਕੜਾ ਪਾਉਣ ਦੀ ਜਾਂ ਪੱਗ ਲਪਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਤਾਂ ਤੁਸੀਂ ਫਿਰ ਕੀ ਹੋਏਗਾ। ਤੁਸੀਂ ਦੇਖ ਲਿਓ, ਪਹਿਲਾਂ ਵੀ ਇਹਨਾਂ ਨੇ ਜਿਹੜੀਆਂ ਇਲੈਕਸ਼ਨਾਂ ਲੜੀਆਂ BJP ਵਾਲਿਆਂ ਨੇ, ਧਰਮ ਦੇ ਨਾਂ 'ਤੇ ਲੜਾਉਣ ਦੀਆਂ ਗੱਲਾਂ ਕਰਦੇ ਨੇ। ਇਹ ਉਹੀ ਰਾਹੁਲ ਗਾਂਧੀ ਸਾਰੇ ਧਰਮ ਨੂੰ ਨਾਲ ਚੱਕ ਕੇ ਲੈ ਕੇ ਜਾਣਾ, ਚੱਕ ਕੇ ਅੱਗੇ ਵੱਧ ਰਹੇ ਨੇ। ਇਹਨਾਂ ਨੂੰ ਡਰ ਪਿਆ ਹੋਇਆ ਵੀ ਕਿਉਂ ਇਹ ਰਾਹੁਲ ਗਾਂਧੀ ਡਰੀ ਜਾਂਦੇ ਨੇ, ਉਹਨਾਂ ਦੇ ਕੰਮ ਦੇਖ ਕੇ ਉਹ ਕਿਵੇਂ ਉਹਨਾਂ ਨੂੰ ਲੋਕਪ੍ਰਿਯਤਾ ਮਿਲਦੀ ਹੋਈ ਹੈ, ਇਹਦੇ ਕਾਰਨ ਇਹਨਾਂ ਨੂੰ ਡਰ ਦੇ ਮਾਹੌਲ ਕਰਕੇ ਇਹੋ ਜਿਹੀ ਟਿੱਪਣੀਆਂ ਕਰਦੇ ਨੇ। ਬਿਲਕੁਲ ਗਲਤ ਬਿਆਨ ਨਹੀਂ ਹੈ ਜੀ। ਤੁਸੀਂ ਦੇਖ ਹੀ ਰਹੇ ਹੋ ਕਿਵੇਂ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਕੱਢੀ, ਨਿਆਂ ਯਾਤਰਾ ਕੱਢੀ, ਕਿਵੇਂ ਲੋਕਾਂ ਨੂੰ, ਉਹ ਨਿਚਲੇ ਲੈਵਲ ਤੋਂ ਲੈ ਕੇ ਹਰੇਕ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਕਿਵੇਂ ਚੱਲ ਰਹੇ। ਇਹਨਾਂ ਨੂੰ ਇਹੀ ਡਰ ਸਤਾ ਰਹੇ ਨੇ। ਬਿਲਕੁਲ, ਮੈਮੋਰੈਂਡਮ ਕੋਈ ਨਹੀਂ ਜੀ। ਅਸੀਂ ਸਾਫ਼ ਕਹਿੰਦੇ ਹਾਂ, ਜਿੱਦਣ ਰਵਨੀਤ ਬਿੱਟੂ ਜਾਂ ਪਟਿਆਲੇ ਆਊਗਾ, ਅਸੀਂ ਤਾਂ ਬਿਲਕੁਲ ਘਰਾਬ ਕਰਾਂਗੇ, ਜਾਂ ਜਨਤਕ ਤੌਰ 'ਤੇ BJP ਇਹਨਾਂ ਤੋਂ ਮਾਫ਼ੀ ਮੰਗੇ।